ਸਰ ਅੱਜ ਕਿਹੜੇ ਕਿਹੜੇ ਗਰੁੱਪ ਸੰਗਰੂਰ ਪੁਲਿਸ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਹੋ ਰਹੀਆਂ ਸਨੈਚਿੰਗਸ ਅਤੇ ਲੁੱਟਾਂ ਖੋਹਾਂ ਦੇ ਵੱਖ ਵੱਖ ਮੁਕੱਦਮਿਆਂ ਦੀ ਜਾਂਚ ਪੜਤਾਲ ਦੇ ਦੌਰਾਨ ਮਾਨਯੋਗ SSP ਸ਼੍ਰੀ ਸਵਪਨ ਸ਼ਰਮਾ ਜੀ ਸੰਗਰੂਰ ਦੀ ਨਿਗਰਾਨੀ ਹੇਠ ਇੱਕ ਮੁਹਿੰਮ ਚਲਾਈ ਗਈ ਸੀ ਜਿਸ ਦੌਰਾਨ CIA ਪੁਲਿਸ ਵੱਲੋਂ ਨਾਕਾ ਲਗਾ ਕੇ ਚਾਰ ਤੋਂ ਛੇ ਦੇ ਕਰੀਬ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ 'ਚੋਂ ਦੋ ਫਰਾਰ ਹੈ, ਚਾਰ ਅਸੀਂ ਗ੍ਰਿਫਤਾਰ ਕਰ ਲਏ, ਜਿਨ੍ਹਾਂ ਤੋਂ ਸਾਨੂੰ ਚੋਰੀ ਦੇ 4 ਮੋਟਰਸਾਈਕਲ, 12 ਸਨੈਚ ਕੀਤੇ ਹੋਏ ਮੋਬਾਈਲ ਅਤੇ ਕਿਰਪਾਨਾਂ, ਰੋਡ ਜੇ ਪਾਈਪਾਂ ਜਿਹੇ ਹਥਿਆਰ ਮਿਲੇ ਹਨ ਜੋ ਇਹ ਵਾਰਦਾਤਾਂ ਕਰਦੇ ਸਮੇਂ ਆਮ ਨਾਗਰਿਕਾਂ ਨੂੰ ਮਾਰ ਕੁੱਟ ਕਰਕੇ ਉਹਨਾਂ ਤੋਂ ਲੁੱਟ ਖੋਹਾਂ ਕਰਦੇ ਸੀ। ਜੀ ਦੇਖ, ਇਹਨਾਂ ਦੀ ਉਮਰ ਕਿੰਨੀ ਕੀ ਹੈ? ਤਕਰੀਬਨ 25 ਤੋਂ 27 ਸਾਲ ਦੀ ਉਮਰ ਦੇ ਹੈ। ਕੋਈ ਇਹਨਾਂ ਦਾ ਪਿਛਲਾ ਕੋਈ ਕ੍ਰਾਈਮ? ਇਹਨਾਂ ਤੋਂ 2 ਜਣਿਆਂ ਦੇ ਖਿਲਾਫ ਪਹਿਲਾਂ ਵੀ ਚੋਰੀ ਦੇ ਅਤੇ ਖੋਹ ਦੇ ਮੁਕੱਦਮੇ ਵੱਖ ਵੱਖ ਥਾਣਿਆਂ 'ਚੋਂ ਦਰਜ ਹੈ। ਰਵੀ ਸ਼ਰਮਾ ਅਤੇ ਲਵਲੀਪ ਸ਼ਰਮਾ, ਉਹਨਾਂ ਦੀ ਡਿਟੇਲਸ ਤੁਹਾਨੂੰ ਦਿੱਤੀਆਂ ਗਈਆਂ। ਹੁਣ ਇਹ ਆਪਣੇ ਇੱਥੇ ਸੰਗਰੂਰ ਦੇ ਜ਼ਿਲ੍ਹੇ 'ਚ ਏਰੀਏ 'ਚ ਆਪਾਂ ਨੂੰ ਕਾਬੂ ਕੀਤੇ ਆ। ਲੰਡੇ ਤੋਂ ਇੱਧਰ ਰੋਡ 'ਤੇ ਬਨੇਟਾ ਚੌਂਕ 'ਤੇ ਇਹ ਦੇਖ ਰਹੇ ਸਾਂ, ਇਹ ਤਾਕ ਸੀ, ਰਾਤ ਨੂੰ ਬੈਠੇ ਸੀ, ਕਿਸੇ ਪਾਸੇ ਵੀ ਇਹ ਸੰਗਰੂਰ 'ਚ ਵਾਰਦਾਤ ਕਰ ਸਕਦੇ। 6 'ਆਂ 'ਚੋਂ ਅਸੀਂ 4 ਕਾਬੂ ਕਰ ਲਏ, 2 ਹਜੇ ਫਰਾਰ।